ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਵਿੰਦਰ ਗਿੱਲ, ਕਬੱਡੀ ਦਾ ਛੋਟਾ ਜਿਹਾ ਕਮੈਂਟੇਟਰ, ਹਰਮਨ ਫੋਟੋ ਗੈਲਰੀ ਨਿਹਾਲ ਸਿੰਘ ਵਾਲਾ, ਤੁਹਾਨੂੰ ਸਭ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਅਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਮੋਗੇ ਜ਼ਿਲ੍ਹੇ ਦੇ ਬਹੁਤ ਹੀ ਮਸ਼ਹੂਰ ਪਿੰਡ ਚੜਿੱਕ ਵਿਖੇ, ਔਰ ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਪਿੰਡ ਚੜਿੱਕ ਦੇ ਕੁਝ ਆਮ ਅਤੇ ਕੁਝ ਖਾਸ ਜਗ੍ਹਾ ਵੇਖਣ ਦੇ ਲਈ। ਆਓ ਚੱਲੀਏ। ਕੁਝ ਆਮ ਅਤੇ ਕੁਝ ਖਾਸ ਜਿਹੜੀਆਂ ਗੁਰਦੁਆਰਾ ਸਾਹਿਬ ਪੰਜ ਪੀਰਾਂ ਦੀ ਜਗ੍ਹਾ ਉਹ ਤੁਹਾਨੂੰ ਦਿਖਾਉਂਦੇ ਹਾਂ ਅੱਜ। ਆਓ ਆਪਾਂ ਚੱਲੀਏ। ਕਾਂ ਬੋਲਦੇ ਸ਼ਰਾਰਤੀ, ਚਿੜੀਆਂ ਕਬੂਤਰਾਂ ਤੇ ਉੱਡੀਆਂ ਦੀ ਫਾਰਸੀ, ਸਮਝੂਗਾ ਕੌਣ ਤੋਤੇ ਠੱਗ ਨੇ ਬਨਾਰਸੀ। ਟੁੱਟ ਪੈਣਾ ਛੇੜਦਾ, ਟੁੱਟ ਪੈਣਾ ਛੇੜਦਾ ਟੀਰੀ ਨੂੰ ਪਟੇਰੇ। ਦੁਨੀਆ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ, ਸਾਰਿਆਂ ਤੋਂ ਸੋਹਣੀ ਮੇਰੇ ਪਿੰਡ ਦੀ ਸਵੇਰੇ। ਦੋਸਤੋ, ਹੁਣ ਆਪਾਂ ਆ ਗਏ ਹਾਂ ਚੜਿੱਕ ਪਿੰਡ ਦੇ ਵੱਡਾ ਗੁਰਦੁਆਰਾ, ਜੋ ਕਿ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੀ ਯਾਦ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ। ਆਓ ਆਪਾਂ ਦਰਸ਼ਨ ਕਰੀਏ। ਕਿਰਪਾਤੇ ਮਨੁੱਖ ਦੇਹ ਪਾਈ ਹੈ, ਦੇਹੋ ਤਰਸ ਹਰ ਰਾਇਆ, ਦੇਹੋ ਤਰਸ ਹਰ ਰਾਇਆ, ਤੁਮਰੀ ਕਿਰਪਾ ਤੇ ਮਨੁੱਖ ਦੇਹ ਪਾਈ ਹੈ, ਦੇਹੋ ਤਰਸ ਹਰ ਰਾਇਆ, ਦੇਹੋ ਤਰਸ ਹਰ ਰਾਇਆ। ਅਨਕ ਜਨਮ ਬਹੁ ਜੋਨੀ ਪਰਮਿਆ, ਬਹੁਰ ਬਹੁਰ ਦੁੱਖ ਪਾਇਆ, ਅਨਕ ਜਨਮ ਇਤਿਹਾਸ ਬਾਰੇ, ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ, ਔਰ ਬਾਬਾ ਜੀ ਨੂੰ ਪੁੱਛਦੇ ਹਾਂ ਇਸ ਪਿੰਡ ਦਾ ਇਤਿਹਾਸ ਕੀ ਹੈ ਔਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ। ਠੀਕ ਹੈ। ਗੁਰੂ ਪਿਆਰਿਓ, ਬਾਬਾ ਖੁਸ਼ਹਾਲ ਸਿੰਘ ਜੀ ਛੇਵੇਂ ਪਾਤਸ਼ਾਹ ਦੇ ਸਿੱਖ ਸੀ। 15-10-12 ਸਾਲ ਤੋਂ ਲੈ ਕੇ ਛੇਵੇਂ ਪਾਤਸ਼ਾਹ ਸੇਵਾ ਕਰਦੇ ਰਹੇ। ਪਾਤਸ਼ਾਹ ਨਾਲ ਕੋਲ ਆਏ ਅਤੇ ਇਹਨੂੰ ਕਹਿਣ ਲੱਗੇ, ਸਿੱਖਾ
ਤੂੰ ਇਕੱਲੇ ਨੇ ਇਤਨੀ ਸੇਵਾ ਕੀਤੀ ਹੈ, ਤੂੰ ਧੰਨ ਹੈ ਧੰਨ ਹੈ, ਤੂੰ ਨਿਹਾਲ ਹੋਵੇਗਾ, ਤੈਨੂੰ ਦੁਨੀਆ ਚੰਗੀ ਤਰ੍ਹਾਂ ਜਾਣੂਗੀ। ਉਸ ਤੋਂ ਬਾਅਦ ਇਹ ਸੱਤਵੇਂ ਅਤੇ ਅੱਠਵੇਂ ਪਾਤਸ਼ਾਹ ਨਾਲ ਸੇਵਾ ਕਰਦਾ, ਦਸਵੇਂ ਪਾਤਸ਼ਾਹ ਨਾਲ ਵੀ ਸੇਵਾ ਕਰਦਾ ਰਿਹਾ। ਕਦੇ ਲੋਕ ਜਦੋਂ ਰਾਹੋਂ ਤੋਂ ਰਾਜਾ ਤਾਰਾ ਸਿੰਘ ਆ ਰਿਹਾ ਸੀ ਅਤੇ ਉਹ ਪਿੰਡ ਨੂੰ ਉਜਾੜਨ ਵਾਸਤੇ ਆਇਆ, ਚੜਕ ਨਗਰ ਦੀਆਂ ਸੰਗਤਾਂ ਨੇ ਜਾ ਕੇ ਮਹਿਲੋਂ ਬੇਨਤੀ ਕੀਤੀ ਕਿ ਸਾਡੀ ਸਿੰਘੋ ਤੁਸੀਂ ਰੱਖਿਆ ਕਰੋ, ਤਾਂ ਬਾਬਾ ਖੁਸ਼ਹਾਲ ਸਿੰਘ ਜੀ ਨੇ ਆਖਿਆ ਵੀ ਅਸੀਂ ਉੱਥੇ ਆਵਾਂਗੇ ਚੜਕ ਅਤੇ ਤੁਹਾਡੀ ਮਦਦ ਕਰਾਂਗੇ। ਅਤੇ 25-30 ਸਿੰਘ ਨਾਲ ਲੈ ਕੇ ਅਤੇ ਆ ਬਾਬਾ ਖੁਸ਼ਹਾਲ ਸਿੰਘ ਚੜਕ ਪਹੁੰਚਿਆ। ਉਹ ਜਿਸ ਜਗ੍ਹਾ 'ਤੇ ਅਸੀਂ ਖੜ੍ਹੇ ਗੱਲਾਂ ਕਰ ਰਹੇ ਹਾਂ ਇੱਥੇ ਬਾਬਾ ਖੁਸ਼ਹਾਲ ਸਿੰਘ ਜੀ ਸ਼ਹੀਦ ਹੋਈ। ਇਹਨਾਂ ਤੋਂ ਇਹ ਸਾਡੇ ਪਿੰਡ ਵਿੱਚ ਇਹਨਾਂ ਨੇ ਸ਼ਹੀਦੀ ਪਾਈ, ਸਾਡਾ ਪਿੰਡ ਉਦੋਂ ਤੋਂ ਇੰਨੀ ਤਰੱਕੀ ਕਰਦਾ ਗਿਆ, ਇਹਨਾਂ ਨੇ ਪਿੰਡ ਦੇ ਮੋਢੀ ਗੱਡ ਬਣ ਕੇ ਦਿਨ ਦੂਣੀ ਅਤੇ ਰਾਹ ਚੌਕ ਨੇ ਤਰੱਕੀ ਕਰਦਾ ਰਿਹਾ। ਹੁਣ ਸਾਰਾ ਨਗਰ ਪਿੰਡ ਬਾਬਾ ਖੁਸ਼ਹਾਲ ਸਿੰਘ ਨੂੰ ਅੰਮ੍ਰਿਤ ਵੇਲੇ ਦਰਸ਼ਨ ਕਰਨ ਵਾਸਤੇ ਗੁਰੂ ਸਾਹਿਬਾਂ ਦੇ ਗੁਰੂ ਘਰਾਂ ਵਿੱਚ ਜਾ ਕੇ ਇਹਨਾਂ ਦੇ ਨਾਲ ਵੀ ਇਹਨਾਂ ਦੇ ਵੀ ਦਰਸ਼ਨ ਕਰਦਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਚੜਕ ਨਗਰ ਦੀਆਂ ਸੰਗਤਾਂ ਨਿਹਾਲ ਹੋ ਜਾਂਦੀਆਂ ਹਨ। ਧੰਨਵਾਦ ਬਾਬਾ ਜੀ ਦਾ, ਬਾਬਾ ਗੁਰਦੇਵ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਪਿੰਡ ਚੜਕ ਦਾ ਇਤਿਹਾਸ ਔਰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਔਰ ਦਰਸ਼ਕਾਂ ਨੂੰ ਇਸ ਤੋਂ ਜਾਣੂ ਕਰਵਾਇਆ। ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਤੁਰਦਾ ਬੰਨ ਕੇ ਪੋਚਮੀ ਪੱਗ ਓਏ
ਆਮ ਜੀ ਕਹਾਵਤ ਪ੍ਰਚਲਿਤ ਹੈ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਉਹ ਪਿੰਡ ਦੀਆਂ ਸੱਥਾਂ ਤੋਂ ਸ਼ੁਰੂ ਹੁੰਦੀ ਹੈ। ਆਓ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਹੁਣ ਚੜਿੱਕ ਪਿੰਡ ਦੀ ਸੱਥ ਦੇ ਵਿੱਚ ਅਤੇ ਮੁਲਾਕਾਤ ਕਰਾਉਂਦੇ ਹਾਂ ਪੁਰਾਣੇ ਬਜ਼ੁਰਗਾਂ ਦੇ ਨਾਲ। ਆਓ ਚੱਲੀਏ। ਤੇਰੇ ਹੱਥ ਵਿੱਚ ਚਾਬੀ ਉਹਦਾ ਤਾਂ ਥਾਰੇ ਥਿਣ ਚਾਰ ਦੀ ਥਾਰੇ ਥਿਣ ਚਾਰ ਦੀ ਸੱਥ ਵਿੱਚ ਸੀ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਸੱਥ ਵਿੱਚ ਸੀਪ ਖੇਡਾਂ ਬਾਬਿਆਂ ਦੀ ਟਾਣੀ ਨਾਲ ਆੜੀ ਨੇ ਬਣਾ ਤੇ ਤੇਰਾ ਯੱਕਾ ਪੱਕ ਰਾਣੀ ਨਾਲ ਬੋਲ ਕੇ ਨਾ ਖੇਡ ਕਾਕਾ ਬੋਲ ਕੇ ਨਾ ਖੇਡ ਕਾਕਾ ਓਏ ਕੰਮ ਨਾ ਖਰਾਬ ਹੋਵੇ ਆਪਣਾ ਪੰਜਾਬ। ਸਤਿ ਸ਼੍ਰੀ ਅਕਾਲ, ਮੈਂ ਬਲਕਰਮ ਸਿੰਘ ਜੋ ਕਿ ਮਿੰਨੀ PHC ਚੜਿੱਕ ਦੇ ਵਿੱਚ ਬਤੌਰ ਮੈਡੀਕਲ ਲੈਬ ਟੈਕਨੀਸ਼ੀਅਨ ਤਾਇਨਾਤ ਹਾਂ। ਇੱਥੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਜੋ ਕਿ ਪਿੰਡ ਵਾਲਿਆਂ ਵਾਸਤੇ ਬਹੁਤ ਵੱਡੀ ਸਹੂਲਤ ਹੈ। ਇੱਥੇ ਜੋ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਫਰੀ ਦਿੱਤੀਆਂ ਜਾਂਦੀਆਂ ਹਨ। ਪਿੰਡ ਦੇ ਬਹੁਤ ਲੋਕ ਇੱਥੇ ਆਣ ਕੇ ਇਹ ਸਹੂਲਤਾਂ ਪ੍ਰਾਪਤ ਕਰਦੇ ਹਨ ਅਤੇ ਬਾਕੀ ਵੀ ਸਾਡੇ ਹੋਰ ਵੀ ਸਾਰੇ ਪਿੰਡ ਵਾਲਿਆਂ ਨੂੰ ਅਪੀਲ ਹੈ ਕਿ ਇੱਥੇ ਵੱਧ ਤੋਂ ਵੱਧ ਆਣ ਕੇ ਇਸ ਸਹੂਲਤਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਜੋ ਵੀ ਪ੍ਰੈਗਨੈਂਟ ਵੂਮੈਨ ਹੁੰਦੀਆਂ ਹਨ ਉਹਨਾਂ ਦੇ ਸਾਰੇ ਟੈਸਟ ਜੋ ਕਿ ਸਰਕਾਰ ਵੱਲੋਂ ਫਰੀ ਹਨ ਉਹ ਵੀ ਇੱਥੇ ਉਹਨਾਂ ਦੀ ਦਵਾਈ ਹੈ ਜੋ ਵੀ ਸਰਕਾਰ ਵੱਲੋਂ ਸਾਰੀ ਫਰੀ ਹੈ। ਇੱਥੇ ਬਸ ਹੋਰ ਤਾਂ ਸਭ ਕੁਝ ਠੀਕ ਹੈ, ਸਟਾਫ ਸਾਰਾ ਪੂਰਾ ਹੈ। ਬਸ ਇੱਕ ਪ੍ਰੋਬਲਮ ਹੈ ਕਿ ਇਹ ਜਿਹੜੀ ਜੋ ਬਿਲਡਿੰਗ ਹੈ ਇਹ ਬਹੁਤ ਪੁਰਾਣੀ ਹੈ ਅਤੇ ਇਹ ਨਵੀਂ ਬਣਾਉਣ ਦੀ ਜ਼ਰੂਰਤ ਹੈ। ਪਹੁੰਚ ਗਏ ਹਾਂ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਔਰ ਉੱਥੋਂ ਦੇ ਮਿਲਦੇ ਹਾਂ ਟੀਚਰ ਸਾਹਿਬਾਨ ਦੇ ਨਾਲ ਔਰ ਨਾਲ ਟੋਪਰ ਬੱਚਿਆਂ ਦੇ ਨਾਲ ਜੋ ਕਿ ਟੈਸਟਾਂ ਦੇ ਵਿੱਚ ਔਰ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਕਾਫੀ ਟੌਪ ਨੇ। ਆਓ ਆਪਾਂ ਮਿਲਦੇ ਹਾਂ। ਕਿਹੜੇ ਫੀਲਡ ਦੇ ਵਿੱਚ ਕੁਇਜ਼ ਮੁਕਾਬਲੇ 'ਚ ਸਟੇਟ ਲੈਵਲ 'ਤੇ ਗਏ ਸੀਗੇ ਮੋਹਾਲੀ, ਉੱਥੇ ਸਾਡੀ ਮਤਲਬ 22 ਜ਼ਿਲ੍ਹਿਆਂ 'ਚ 8th ਪੋਜੀਸ਼ਨ ਆਈ ਸੀ ਅਤੇ ਬੜਾ ਵਧੀਆ ਮਹਿਸੂਸ ਕਰਦੇ ਹਾਂ ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਸਟੇਟ ਲੈਵਲ 'ਤੇ ਜਾਂਦੇ ਹਾਂ ਕਿਤੇ ਵੀ। ਉਹਨਾਂ ਟੀਚਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਤਲਬ ਇੰਨੀ ਵਧੀਆ ਤਿਆਰੀ ਕਰਵਾਈ ਤਾਂ ਕਿ ਸਾਡੇ ਸਕੂਲ ਦਾ ਨਾਮ ਸਟੇਟ ਲੈਵਲ 'ਤੇ ਰੌਸ਼ਨ ਹੋ ਸਕੇ। ਸਤਿ ਸ਼੍ਰੀ ਅਕਾਲ ਜੀ, ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੀ ਵਿਦਿਆਰਥਣ ਹਾਂ। ਸਾਡਾ ਸਕੂਲ ਨੇ ਅਜਿਹਾ ਕੋਈ ਵੀ ਖੇਤਰ ਨਹੀਂ ਛੱਡਿਆ ਜਿੱਥੇ ਇਸਦੀਆਂ ਪ੍ਰਾਪਤੀਆਂ ਨਾ ਹੋਣ। ਸਾਡਾ ਸਕੂਲ ਹਰ ਖੇਤਰ ਵਿੱਚ ਸਟੇਟ ਲੈਵਲ ਤੱਕ ਜਾਂਦਾ ਹੈ। ਇੱਥੋਂ ਦੇ ਬੈਡਮਿੰਟਨ ਟੀਮਾਂ ਵੀ ਸਟੇਟ ਲੈਵਲ ਤੱਕ ਖੇਡ ਕੇ ਆਉਂਦੀਆਂ ਹੈ। ਇੱਥੋਂ ਦੇ ਬੱਚਿਆਂ ਨੇ ਮੈਰੀਟੋਰੀਆ ਸਕੂਲ ਵਿੱਚ ਵੀ ਆਪਣੀ ਜਗ੍ਹਾ ਬਣਾਈ ਆ। ਇਸ ਸਾਲ ਵੀ ਸਾਡੇ ਤਕਰੀਬਨ 3 ਬੱਚੇ ਉੱਥੇ ਗਏ ਨੇ। ਸਾਡੇ ਸਕੂਲ ਨੇ ਜਿਵੇਂ ਮੈਥ ਅਤੇ ਸਾਇੰਸ ਓਲੰਪੀਅਡ ਆ ਉੱਥੇ ਤੱਕ ਵੀ ਸਾਡੇ ਸਕੂਲ ਦੇ 3 ਬੱਚੇ ਜਾ ਕੇ ਆਏ ਨੇ ਅਤੇ ਹੋਰ ਵੀ ਸਾਡੇ NMMS ਅਤੇ PSTSE ਵਿੱਚ ਪ੍ਰਾਪਤੀਆਂ ਕਰ ਚੁੱਕੇ ਨੇ ਬੱਚੇ ਅਤੇ ਸਾਨੂੰ ਸਭ ਨੂੰ ਹੀ ਪਤਾ ਕਿ ਇੰਨੀਆਂ ਪ੍ਰਾਪਤੀਆਂ ਕਰਕੇ ਸਾਨੂੰ ਆਪਣੇ 'ਤੇ ਮਾਣ ਮਹਿਸੂਸ ਹੁੰਦਾ ਹੈ। ਸਾਡਾ ਅਸੀਂ ਉਸ ਟੀਚਰਸ ਦਾ ਧੰਨਵਾਦ ਕਰਦੇ ਜੋ ਸਾਨੂੰ ਇੰਨੀ ਤਿਆਰੀ ਕਰਵਾਉਂਦੇ ਨੇ। ਇਹ ਸਭ ਉਹਨਾਂ ਦੀ ਮਿਹਨਤ ਦਾ ਹੀ ਨਤੀਜਾ ਹੈ। ਮੈਂ NMMS ਜ਼ਿਲ੍ਹੇ ਪੱਧਰ 'ਤੇ ਆਪਣੀ ਪ੍ਰਾਪਤੀ ਕਰ ਚੁੱਕੀ ਹਾਂ। ਮੇਰਾ ਅੰਮ੍ਰਿਤਪਾਲ ਕੌਰ ਹੈ, ਮੈਂ ਜ਼ਿਲ੍ਹੇ ਪੱਧਰ 'ਤੇ NMMS ਵਿੱਚ ਪ੍ਰਾਪਤੀ ਕਰ ਚੁੱਕੀ ਹਾਂ। ਮੇਰਾ ਨਾਮ ਨਵਦੀਪ ਕੌਰ ਹੈ, ਮੈਂ ਜ਼ਿਲ੍ਹੇ ਪੱਧਰ 'ਤੇ ਆਪਣੀ ਰੇਸ ਦੀ ਪ੍ਰਾਪਤੀ ਕਰ ਚੁੱਕੀ ਹਾਂ। ਮੇਰਾ ਨਾਮ ਸਿਮਰਨਜੋਤ ਕੌਰ ਹੈ, ਮੈਂ U19 ਬੈਡਮਿੰਟਨ ਟੀਮ ਦੀ ਖਿਡਾਰਨ ਹੈ ਅਤੇ ਅਸੀਂ ਜ਼ਿਲ੍ਹਾ ਜੇਤੂ ਕੀਤਾ ਹੈ। ਮੈਂ ਬੈਡਮਿੰਟਨ ਓਲੰਪੀਅਡ ਵਿੱਚ ਹਿੱਸਾ ਲਿਆ। ਸਿਮਰਨ ਕੌਰ ਹੈ, ਮੈਂ ਬੈਡਮਿੰਟਨ ਟੀਮ ਦੀ ਖਿਡਾਰਨ ਹਾਂ ਅਤੇ ਮੈਂ ਜ਼ਿਲ੍ਹਾ ਜੇਤੂ ਹਾਂ। ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਦੀ ਵਿੱਚ ਐਜ ਏ ਪੰਜਾਬੀ ਮਿਸਟਰਸ ਕੰਮ ਕਰ ਰਹੀ ਹਾਂ। ਮੈਨੂੰ ਤਕਰੀਬਨ 20 ਸਾਲ ਹੋ ਗਏ ਇੱਥੇ ਕੰਮ ਕਰਦਿਆਂ ਨੂੰ। ਸਾਡਾ ਸਕੂਲ ਬਹੁਤ ਹੀ ਵਧੀਆ, ਜ਼ਿਲ੍ਹੇ ਵਿੱਚੋਂ ਮਾਡਲ ਸਕੂਲ ਗਿਣਿਆ ਜਾਂਦਾ।
ਅਤੇ ਇੱਥੋਂ ਦੀਆਂ ਵਿਦਿਆਰਥਣਾਂ ਨੈਸ਼ਨਲ ਤੱਕ ਬੈਡਮਿੰਟਨ ਤੱਕ ਜਾ ਆਈ ਹਾਂ। ਸਟੇਟ ਪੱਧਰ 'ਤੇ ਤਾਂ ਅਸੀਂ ਹਰ ਵਾਰੀ ਜਾਂਦੇ ਹਾਂ। ਪੜ੍ਹਾਈ ਵਿੱਚ ਵੀ ਸਾਡੇ ਬੱਚੇ ਆ ਹਰ ਕੰਪੀਟੀਸ਼ਨ ਵਿੱਚ ਹਿੱਸਾ ਲੈਂਦੇ ਆ ਅਤੇ ਕੋਈ ਨਾ ਕੋਈ ਪ੍ਰਾਪਤੀ ਜ਼ਰੂਰ ਕਰਕੇ ਲੈ ਆਉਂਦੇ ਆ ਅਤੇ ਮੈਰੀਟੋਰੀਅਸ ਸਕੂਲ ਵਿੱਚ ਵੀ ਸਾਡੇ ਬੱਚੇ ਜਾਂਦੇ ਆ। ਅਤੇ ਕੁੜੀਆਂ ਬੜੀਆਂ ਮਿਹਨਤੀ ਹੈ, ਓਨੈਸਟ ਹੈ, ਅਤੇ ਅਧਿਆਪਕ ਵੀ ਸਾਰੇ ਵਧੀਆ ਉਹਨਾਂ ਨੂੰ ਕੰਮ ਕਰਾਉਂਦੇ ਆ, ਆਪ ਨਾਲ ਲੱਗ ਕੇ ਸਪੋਰਟਸ ਵਿੱਚ ਵੀ ਉਹਨਾਂ ਦੇ ਨਾਲ ਮਿਹਨਤ ਕਰਾਉਂਦੇ ਆ। ਪਰ ਥੋੜ੍ਹੀਆਂ ਜਿਹੀਆਂ ਸਾਡੇ ਕੋਲ ਫੈਸਿਲਿਟੀਜ਼ ਦੀ ਜਿਹੜੀ ਕਮੀ ਹੈ, ਇੱਕ ਤਾਂ ਬੱਚਿਆਂ ਵਾਸਤੇ ਗਰਾਊਂਡ ਹੈ ਨਹੀਂ, ਕੁੜੀਆਂ ਵਾਲਾ ਸਕੂਲ ਹੈ ਅਤੇ ਸਾਡੇ ਕੋਲ ਗਰਾਊਂਡ ਹੈ ਨਹੀਂ, ਗਰਾਊਂਡ ਸਾਡੀ ਬਹੁਤ ਛੋਟੀ ਹੈ, ਅਤੇ ਬੈਡਮਿੰਟਨ ਵਾਸਤੇ ਸਾਡੇ ਕੋਲ ਹਾਲ ਦੀ ਪ੍ਰੋਬਲਮ ਹੈ। ਪਰ ਇਸ ਤੋਂ ਬਿਨਾਂ ਵੀ ਸਾਨੂੰ ਜਿਹੜੀ ਹੈ ਕਾਫੀ ਚੀਜ਼ਾਂ ਦੀ ਲੋੜ ਹੈ ਹਲੇ ਸੁਧਾਰ ਕਰਨ ਦੀ, ਜਿਹਦੇ ਨਾਲ ਸਾਡਾ ਜਿਹੜਾ ਸਕੂਲ ਹੈ ਜ਼ਿਲ੍ਹੇ ਵਿੱਚੋਂ ਤੱਕ ਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਪੰਜਾਬ ਵਿੱਚ ਵੀ ਵਧੀਆ ਸਥਾਨ ਜਿਹੜਾ ਉਹਦਾ ਬਣਾ ਸਕਦੇ। 2001 ਦੇ ਵਿੱਚ ਆਪਣੇ ਹੋਏ ਪਲੱਸ ਟੂ, ਅਤੇ ਉਦੋਂ ਤੋਂ ਲੈ ਕੇ ਇਹ ਲਗਾਤਾਰ ਚੱਲਦਾ ਹੈ। ਹੁਣ 2008 ਵਿੱਚ ਇੱਥੇ ਨਵਾੜ ਦੀ ਸਕੀਮ ਆਈ, ਉਹਦੇ ਅਧੀਨ ਇੱਥੇ ਆਰਟਸ ਗਰੁੱਪ ਦੇ ਨਾਲ ਸਾਇੰਸ ਗਰੁੱਪ ਅਤੇ ਵਿਜ਼ਨ ਗਰੁੱਪ ਦੋ ਗਰੁੱਪ ਚਾਲੂ ਹੋ ਗਏ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਕੇ ਇੱਥੇ ਗੁਰਦੁਆਰਾ ਬਾਬਾ ਖੁਸ਼ਹਾਲ ਸਿੰਘ ਕਮੇਟੀ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਸਾਇੰਸ ਗਰੁੱਪ ਆ ਜਿਹੜਾ ਉਹ ਚਾਲੂ ਰੱਖਿਆ ਹੋਇਆ। ਸੰਗ ਹੁਸਨ ਦੇ ਰਹਿੰਦੀ ਏ ਟਿੱਪੜੀ ਪੀਂਗਾ ਝੂਟਣ ਤੇ ਕਿਤੇ ਕਿਕਲੀ ਪੈਂਦੀ ਏ ਸਿਦਕ ਅਣਖ ਦੀ ਦੌਲਤ ਸੰਗ ਹੁਸਨ ਦੇ ਰਹਿੰਦੀ ਏ ਮੋਦੀਆਂ ਤੰਦਾ ਪਾਵਣ ਲਈ। ਲਓ ਦੋਸਤੋ, ਇਸ ਤੋਂ ਪਹਿਲਾਂ ਜਿਵੇਂ ਆਪਾਂ ਚੜਿੱਕ ਪਿੰਡ ਦਾ ਸਾਰਾ ਚੱਕਰ ਲਗਾ ਚੁੱਕੇ ਹਾਂ, ਗੁਰਦੁਆਰਾ ਸਾਹਿਬ ਪਿੰਡ ਦੀ ਸੱਥ ਧਾਰਮਿਕ ਜਗ੍ਹਾਵਾਂ 'ਤੇ ਤੁਹਾਨੂੰ ਲੈ ਕੇ ਜਾ ਚੁੱਕੇ ਹਾਂ, ਔਰ ਉਸ ਤੋਂ ਬਾਅਦ ਪਿੰਡ ਦੇ ਚੱਕਰ ਲਾਉਣ ਤੋਂ ਬਾਅਦ ਆਪਾਂ ਹੁਣ ਆਏ ਹਾਂ ਪਿੰਡ ਚੜਿੱਕ ਦੇ ਉਸ ਗਰਾਊਂਡ ਦੇ ਵਿੱਚ, ਜਿਸ ਗਰਾਊਂਡ ਦੇ ਵਿੱਚ ਮਿਹਨਤ ਲਾ ਕੇ ਇੱਥੋਂ ਦੇ ਕੁਛ ਨਾਮੀ ਪਲੇਅਰ ਕਬੱਡੀ ਖਿਡਾਰੀ ਜਿਵੇਂ ਕਿ ਮੱਖਣ ਸਿੰਘ DP, ਬਬਲੀ ਚੜਿੱਕ, ਮਿਰਚ ਚੜਿੱਕ, ਉਹਨਾਂ ਨੇ ਆਪਣਾ ਅਤੇ ਆਪਣੇ ਪਿੰਡ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਗਰਾਊਂਡ ਦੇ ਵਿੱਚ, ਔਰ ਮਿਲਾਉਂਦੇ ਹਾਂ ਤੁਹਾਨੂੰ ਇਸ ਪਿੰਡ ਦੇ ਕੁਛ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀਆਂ ਦੇ ਨਾਲ। ਆਓ ਚੱਲੀਏ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਚੜੈਕ ਦੇ ਗਰਾਊਂਡਾਂ ਵਿੱਚ ਖੜ੍ਹੇ ਹਾਂ। ਅੱਜ ਤੋਂ ਇੱਕ ਸਾਲ ਪਹਿਲਾਂ ਇਸ ਗਰਾਊਂਡਾਂ ਦਾ ਨਕਸ਼ਾ ਕੁਛ ਹੋਰ ਸੀ, ਇਹ ਗਰਾਊਂਡਾਂ ਬਹੁਤ ਖਰਾਬ ਹੋ ਚੁੱਕੀਆਂ ਸੀ। ਇਸ ਕਰਕੇ ਸਾਡੇ NRI ਵੀਰਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਅਤੇ ਪਿੰਡ ਦੇ ਕੁਝ ਮੋਹਤਵਾਰ ਬੰਦਿਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅਤੇ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਂ। ਇੱਥੇ 150 ਤੋਂ 200 ਮੁੰਡਾ ਜਿਹੜਾ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਦਾ। ਇਹਦੇ ਲਈ ਸਾਡੇ ਜਿਹੜੇ NRI ਵੀਰ ਆ ਅਤੇ ਹੋਰ ਜਿੰਨੇ ਵੀ ਸਾਡੇ ਫੁੱਟਬਾਲ ਪਲੇਅਰ ਕਬੱਡੀ ਪਲੇਅਰ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ ਹੋ ਸਕਦੀ ਸੀ, ਕਿਉਂਕਿ ਇੱਥੇ ਮੈਨ ਪਾਵਰ ਦੀ ਬਹੁਤ ਜ਼ਿਆਦਾ ਲੋੜ ਸੀ। ਬਹੁਤ ਜ਼ਿਆਦਾ ਬੰਦੇ ਹੋਣ ਦੇ ਕਾਰਨ ਹੀ ਅਸੀਂ ਇੰਨੀ ਸਫਲਤਾ ਪ੍ਰਾਪਤ ਕੀਤੀ ਆ। ਅੱਜ ਸਾਡਾ ਗਰਾਊਂਡ ਜਾਣੀ ਦੀ ਜ਼ਿਲ੍ਹਾ ਮੋਗਾ ਦੇ ਵਿੱਚ ਨੰਬਰ 1 ਗਰਾਊਂਡ ਆ। ਇਸ ਦਾ ਸਿਹਰਾ ਮੈਂ ਸਾਰੇ ਗਰਾਊਂਡ 'ਤੇ ਆਉਣ ਵਾਲੇ ਨੌਜਵਾਨਾਂ ਨੂੰ ਅਤੇ ਸਾਡੇ NRI ਵੀਰਾਂ ਜਾਂ ਜਿਹੜੇ ਪਿੰਡ ਵਾਸੀਆਂ ਨੇ ਜਿਨ੍ਹਾਂ ਨੇ ਸਾਨੂੰ ਸਹਿਯੋਗ ਦੇ ਕੇ ਇੰਨਾ ਵਧੀਆ ਗਰਾਊਂਡ ਬਣਾਉਣ ਦੇ ਵਿੱਚ ਹੈਲਪ ਕੀਤੀ ਆ। ਪਾਰਕ ਆ ਜਿਹੜਾ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੇ ਨਾਂ 'ਤੇ ਪਾਰਕ ਬਣਾਇਆ ਗਿਆ, ਬਹੁਤ ਵਧੀਆ। ਅਤੇ ਹੁਣ ਅੱਜ ਇੱਥੇ ਬਹੁਤ ਵਧੀਆ ਮਾਹੌਲ ਆ, 150 ਤੋਂ 200 ਬੰਦਾ ਜਿਹੜਾ ਮੋਰਨਿੰਗ ਵਾਕ 'ਤੇ ਸਵੇਰੇ ਸਾਡੇ ਜਿਹੜੇ ਓਲਡ ਏਜ ਬਜ਼ੁਰਗ ਆ ਉਹ ਵੀ ਇੱਥੇ ਵਾਕ ਕਰਨ ਲਈ ਆਉਂਦੇ ਆ ਅਤੇ ਸ਼ਾਮ ਨੂੰ ਵੀ ਕਾਫੀ ਮੁੰਡੇ ਜਿਹੜੇ ਪ੍ਰੈਕਟਿਸ ਕਰਦੇ ਆ। ਮੈਂ ਫਿਰ ਇੱਕ ਵਾਰ ਸਾਰੇ ਪਿੰਡ ਵਾਸੀਆਂ ਦਾ ਅਤੇ ਜਿੰਨੇ ਵੀ ਮੁੰਡੇ ਗਰਾਊਂਡ 'ਤੇ ਆਉਂਦੇ ਆ ਅਤੇ ਸਾਡੇ NRI ਵੀਰਾਂ ਦਾ ਧੰਨਵਾਦ ਕਰਦਾ। ਧੰਨਵਾਦ। ਹੁਣ ਤੁਹਾਨੂੰ ਪਿੰਡ ਚੜਿੱਕ ਦੇ ਬਹੁਤ ਹੀ ਕਬੱਡੀ ਦੇ ਨਾਮੀ ਪਲੇਅਰ ਬਬਲੀ ਚੜਿੱਕ ਅਤੇ ਨਾਲ ਮੇਰੇ ਚੜਿੱਕ ਜੀ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਔਰ ਜਿਨ੍ਹਾਂ ਨੇ ਪਿੰਡ ਚੜਿੱਕ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ। ਆਓ ਮਿਲਦੇ ਹਾਂ ਬਬਲੀ ਚੜਿੱਕ ਅਤੇ ਮੇਰੇ ਚੜਿੱਕ ਦੇ ਨਾਮ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਅਸੀਂ ਆਪਣੇ ਸਮੂਹ ਕਬੱਡੀ ਪਲੇਅਰਾਂ ਵੱਲੋਂ ਸਾਡੇ ਚੜਿੱਕ ਦੇ ਜਿੰਨੇ ਗਰਾਊਂਡ 'ਚ ਹੁੰਦੇ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਤੁਸੀਂ ਸਾਡੇ ਪਿੰਡ ਨੂੰ ਪਹਿਲ ਦਿੱਤੀ ਅਤੇ ਡਾਕੂਮੈਂਟਰੀ ਬਣਾਉਣ ਲੱਗੇ ਹਾਂ। ਅਤੇ ਦੂਜੇ ਨੰਬਰ 'ਤੇ ਗੱਲ ਇਹ ਹੈ ਜੀ, ਜਿਹਦੇ ਹਿਸਾਬ ਨਾਲ ਹੁਣ ਸਮਾਂ ਚੱਲ ਰਿਹਾ, ਇੰਟਰਨੈਟ ਦਾ ਸਮਾਂ, ਬੱਚੇ ਆ ਜਿਹੜੇ ਸਾਰੀ ਦਿਹਾੜੀ ਜਦੋਂ ਆਪਾਂ ਦੇਖਦੇ ਕਿਸੇ ਪਰਿਵਾਰ 'ਚ ਜਾਂਦੇ ਕਿਸੇ ਰਿਸ਼ਤੇਦਾਰੀ 'ਚ ਜਾਂਦੇ ਹਾਂ, ਸਾਰੇ ਬੱਚੇ ਕੋਈ ਉੱਧਰ ਨੈੱਟ 'ਤੇ ਬੈਠਾ, ਕੋਈ ਉੱਧਰ ਫੋਨ ਲਈ ਬੈਠਾ। ਅੱਜ ਕੱਲ੍ਹ ਦੇ ਸਮੇਂ ਦੇ ਮੁਤਾਬਕ ਐਕਸਰਸਾਈਜ਼ ਦੀ ਜਾਂ ਕਹਿ ਦਿੰਦੇ ਹਾਰਡ ਵਰਕ ਦੀ ਜਾਂ ਗਰਾਊਂਡ 'ਤੇ ਜਾਣ ਦੀ ਬਹੁਤ ਜ਼ਿਆਦਾ ਲੋੜ ਆ। ਜਿਵੇਂ ਸਾਡੇ ਪਹਿਲਾਂ ਸੀਨੀਅਰ ਸੀਗੇ ਮੱਖਣ ਸਿੰਘ ਜੀ DP ਕੋਚ ਸਾਹਿਬ, ਸਾਡੇ ਮੇਜਰ ਸਿੰਘ ਵੱਡੇ ਭਾਈ ਹਾਕਮ ਸਿੰਘ ਗੁਰਦੇਵ ਹੋਰ ਬਿੱਲਾ ਚੜਿੱਕ ਸਾਰੇ ਮੁੰਡੇ ਪਹਿਲਾਂ ਇਕੱਠੇ ਸੀ, ਮਿਹਨਤ ਕਰਦੇ ਹੁੰਦੇ ਸੀ। ਸਮੇਂ ਦੇ ਵਿੱਚ ਇਹ ਜਿਹੜਾ ਗਰਾਊਂਡ ਆ ਜਾਂ ਜਿੰਮ ਆ ਜਾਂ ਐਕਸਰਸਾਈਜ਼ ਆ ਜਾਂ ਗੇਮ ਆ, ਇਹ ਬਹੁਤ ਜ਼ਿਆਦਾ ਲੋੜ ਆ। ਇਹਦੇ ਵਾਸਤੇ ਆਪਾਂ ਨੂੰ ਪ੍ਰਬੰਧ ਵੀ ਉਹੋ ਜਿਹੇ ਕਰਨੇ ਪੈਣੇ ਆ, ਜਿਵੇਂ ਸਾਡੇ ਚੜਿੱਕ ਪਿੰਡ ਦੇ ਵਿੱਚ NRI ਵੀਰਾਂ ਦੇ ਸਹਿਯੋਗ ਨਾਲ ਜਾਂ ਸਾਡੀ ਕਬੱਡੀ ਪਲੇਅਰਾਂ ਦੀ ਹਿੰਮਤ ਦੇ ਨਾਲ ਅਸੀਂ ਬਹੁਤ ਸੋਹਣੇ ਗਰਾਊਂਡ ਬਣਾਏ ਆ, ਬਹੁਤ ਵਧੀਆ ਜਿੰਮ ਬਣਿਆ ਵਾ। ਇੱਥੇ ਮੋਰਨਿੰਗ ਟਾਈਮ 400-500 ਬੱਚਾ ਐਕਸਰਸਾਈਜ਼ ਕਰਦਾ, ਕਬੱਡੀ ਵਾਲੇ ਮੁੰਡੇ ਆਪਦੀ ਐਕਸਰਸਾਈਜ਼ ਕਰਦੇ ਆ, ਫੁੱਟਬਾਲ ਕ੍ਰਿਕਟ ਵਧੀਆ ਸਾਡੇ ਪਿੰਡ ਦੀਆਂ ਟੀਮਾਂ, ਔਰ ਹਰੇਕ ਸਾਲ ਸਾਡੇ ਪਿੰਡ ਕਬੱਡੀ ਦਾ, ਵਾਲੀਬਾਲ ਦਾ, ਕ੍ਰਿਕਟ ਦਾ ਅਤੇ ਫੁੱਟਬਾਲ ਦਾ 4 ਟੂਰਨਾਮੈਂਟ ਹਰੇਕ ਸਾਲ ਸਾਡੇ ਇਹ ਕਰਵਾਏ ਜਾਂਦੇ ਆ NRI ਵੀਰਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਸਮੇਂ ਦੀਆਂ ਸਰਕਾਰਾਂ ਨੂੰ, ਇਸ ਵਕਤ ਜੇ ਕੋਈ ਪੰਜਾਬ ਗੌਰਮੈਂਟ ਦਾ ਬਜਟ ਆ ਸਪੋਰਟਸ ਲਈ ਤਾਂ ਸਿਰਫ ਓਨਲੀ ਉਹਨਾਂ ਜਿਹੜੇ ਮੁਲਾਜ਼ਮਾਂ ਦੀਆਂ ਜੋਬਾਂ ਚੱਲਦੀਆਂ ਉਹਨਾਂ ਦੀਆਂ ਤਨਖਾਹਾਂ ਲਈ ਆ, ਆਮ ਲੋਕਾਂ ਲਈ ਜਾਂ ਪਲੇਅਰਾਂ ਲਈ ਕੋਈ ਵੀ ਇੱਥੇ ਕੋਈ ਸਪੋਰਟਸ ਕਿੱਟ, ਕੋਈ ਵੀ ਫੰਡ, ਕੁਛ ਵੀ ਨਹੀਂ ਆਉਂਦਾ ਹੈਗਾ। ਜੇ ਆਪਾਂ ਨੌਜਵਾਨਾਂ ਨੂੰ ਬਚਾਉਣਾ, ਆਪਾਂ ਕਿਵੇਂ ਬਚਾ ਸਕਦੇ ਹਾਂ? ਆਪਾਂ ਤਾਂ ਬਚਾਵਾਂਗੇ ਜੇ ਨਵੀਂ ਪੀੜ੍ਹੀ ਸਟਰੋਂਗ ਹੋਊਗੀ। ਪਰ ਇੱਥੇ ਨਵੇਂ ਪਿੰਡਾਂ ਦੇ ਲੋਕ ਕਿੰਨਾ ਕੁ ਫੰਡ ਦੇ ਸਕਦੇ ਆ? NRI ਵਿਚਾਰੇ ਕਿੰਨੇ ਕੁ ਵਾਰੀ ਦੇਣ? ਇੱਕ ਟੂਰਨਾਮੈਂਟ ਦੇ ਦੇਣ, ਉਹ ਵੀ ਮਿਹਨਤ ਕਰਦੇ ਆ। ਸਰਕਾਰਾਂ ਵੱਲੋਂ ਇੱਕ ਨਿੱਕਾ ਪਰਸੈਂਟ ਵੀ ਸਹਿਯੋਗ ਹੈ। 2 ਸਾਲ ਪਹਿਲਾਂ ਸਾਡੇ ਇੱਥੇ ਸੰਬੰਧਿਤ ਸਰਕਾਰ ਵੱਲੋਂ ਕੋਈ ਨੁਮਾਇੰਦੇ ਆਏ ਸੀਗੇ, ਸਾਨੂੰ ਜਿੰਮ ਦਾ ਸਮਾਨ ਦੇ ਕੇ ਗਏ। ਉਹ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਉਹ ਜਿਹੜਾ ਸਮਾਨ ਆ ਉਹ ਸਾਡੇ 1 ਦਿਨ ਵੀ ਕੰਮ ਨਹੀਂ ਆਇਆ। ਜੇ ਆਪਾਂ ਸਪੋਰਟਸ ਦੀ ਇਹਦਾ ਸਮਾਨ ਦੇਣਾ ਤਾਂ ਫਿਰ ਪਲੇਅਰ ਆਪਾਂ ਓਲੰਪਿਕ 'ਚ ਕਿੱਥੋਂ ਭਾਲਦੇ? ਸਭ ਤੋਂ ਪਹਿਲਾਂ ਪੰਜਾਬ ਨੰਬਰ 1 'ਤੇ ਹੁੰਦਾ ਸੀ ਸਪੋਰਟ ਦੇ ਵਿੱਚ, ਇਸ ਵਕਤ ਕੀ ਹਾਲ ਆ ਸਾਰਿਆਂ ਨੂੰ ਪਤਾ ਹੀ ਆ, ਕਹਿਣ ਦੀ ਲੋੜ ਨਹੀਂ। ਠੀਕ ਆ ਜੀ, ਜੇ ਆਪਾਂ ਚਾਹੁੰਦੇ ਹਾਂ ਵੀ ਪੰਜਾਬ ਨੂੰ ਬਚਾਉਣਾ, ਪੰਜਾਬ ਦੀ ਜਵਾਨੀ ਨੂੰ ਬਚਾਉਣਾ, ਨਸ਼ਿਆਂ ਤੋਂ ਬਚਾਉਣਾ, ਮੁੰਡੇ ਕੁੜੀਆਂ ਦਾ ਸਾਰਿਆਂ ਦਾ ਬੁਰਾ ਹਾਲ ਆ, ਆਪਾਂ ਨੂੰ ਆਪਦੇ ਪੇਰੈਂਟਸ ਨੂੰ ਅਵੇਅਰ ਹੋਣਾ ਪੈਣਾ, ਬੱਚਿਆਂ ਨੂੰ ਗਰਾਊਂਡਾਂ ਤੋਰਨਾ ਪੈਣਾ, ਨਾਲ ਆਪ ਬਜ਼ੁਰਗਾਂ ਨੂੰ ਵੀ ਆਉਣਾ ਪੈਣਾ। ਇੰਨਾ ਹੀ ਕਹਿਣ ਦਾ ਕਹਿ ਕੇ ਧੰਨਵਾਦ।